हेलो स्टूडेंट्स अज आप छेवीं क्लास पहली की पहली प्रैक्टिस शीट सॉल्व करा जिड़ी कि भोजन के दत्त पार्टों है इन कुल पंद्रह एम सी क्यू ने पहला एम सी क्यू कॉपर कापर सलफेट का रसायनिक सूत्र है इन्हों कापर सलफेट का रसायनिक सूत्र चुनना है जो कि अपने को यू एस ओ फोर अपना सही उत्तर आ जाएगा सी यू एस ओ फोर दूसरा क्वेश्चन ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਸੂੜਿਆਂ ਵਿੱਚੋਂ ਖੂਨ ਵਗਣ ਦੀ ਸਮੱਸਿਆ ਹੈ ਡਾਕਟਰ ਨੇ ਕਿਹਾ ਕਿ ਇਹ ਵਿਟਾਮਿਨ ਸੀ ਦੀ ਕਮੀ ਦੇ ਕਾਰਨ ਹੁੰਦਾ ਹੈ ਇਸ ਬਿਮਾਰੀ ਨੂੰ ਕੀ ਕਿਹਾ ਜਾਂਦਾ ਹੈ بیٹے ਆਪਾਂ ਵਿਟਾਮਿਨਾਂ ਦੀ ਕਮੀ ਨਾਲ ਜਿਹੜੇ ਵੀ ਰੋਗ ਹੁੰਦੇ ਨੇ ਉਹਨਾਂ ਬਾਰੇ ਪੜਿਆ ਸੀ ਵਿਟਾਮਿਨ ਸੀ ਦੀ ਕਮੀ ਨਾਲ ਹੁੰਦਾ ਹੈ ਸਕਰਵੀ ਤੇ ਆਪਣਾ ਸਹੀ ਉੱਤਰ ਆ ਜਾਏਗਾ ਪਹਿਲਾ ਇਸੇ ਤਰ੍ਹਾਂ ਆਪਨੇ ਕੋਲ ਤੀਸਰਾ ਪ੍ਰਸ਼ਨ ਹੈ ਚਾਵਲ ਡੈਸ਼ ਦਾ ਸਰੋਤ ਹੈ ਜਿਹੜੇ ਚਾਵਲ ਹੁੰਦੇ ਨੇ ਇਹਨਾਂ ਵਿੱਚ ਕਾਰਬੋਹਾਈਡਰੇਟਸ ਪਾਏ ਜਾਂਦੇ ਨੇ ਤੇ ਆਪਣਾ ਸਹੀ ਉੱਤਰ ਆ ਜਾਏਗਾ ਦੂਸਰਾ ਚੌਥਾ ਪ੍ਰਸ਼ਨ ਗੁੜ ਵਿੱਚ ਮੌਜੂਦ ਖੁਰਾਕੀ ਤੱਤ ਜੋ ਮਨੁੱਖੀ ਸਰੀਰ ਵਿੱਚ ਹਿਮੋਗਲੋਬਿਨ ਦੇ ਉਤਪਾਦਨ ਲਈ ਲੋੜੀਂਦੇ ਹੈ ਇਹ ਆਪਣੇ ਕੋਲ ਜਿਹੜਾ ਗੁੜ ਹੁੰਦਾ ਹੈ ਉਹਦੇ ਵਿੱਚ ਆਇਰਨ ਬਹੁਤ ਮਾਤਰਾ ਚ ਹੁੰਦਾ ਹੈ ਤੇ ਇਹ ਹਿਮੋਗਲੋਬਿਨ ਦੇ ਬਣਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਤੇ ਇਸ ਲਈ ਆਪਣਾ ਉੱਤਰ ਆ ਜਾਏਗਾ ਚੌਥਾ ਪੰਜਵਾਂ ਪ੍ਰਸ਼ਨ ਗੈਵਿਸ਼ ਨੇ ਆਲੂ ਵਿੱਚ ਸਟਾਰਚ ਦੀ ਮੌਜੂਦਗੀ ਨੂੰ ਪਰਖਣ ਲਈ ਇੱਕ ਵਿਸ਼ੇਸ਼ ਰਸਾਇਣਕ ਕੋਲ ਦੀ ਵਰਤੋਂ ਕੀਤੀ ਜਿਸ ਨਾਲ ਆਲੂ ਦਾ ਰੰਗ ਨੀਲਾ ਕਾਲਾ ਹੋ ਗਿਆ ਵਰਤੇ ਜਾਣ ਵਾਲੇ ਇਸ ਵਿਸ਼ੇਸ਼ ਰਸਾਇਣਕ ਕੋਲ ਦਾ ਨਾਮ ਕੀ ਹੈ ਆਪਾਂ ਲੈਬ ਦੇ ਵਿੱਚ ਇੱਕ ਐਕਟੀਵਿਟੀ ਕੀਤੀ ਸੀ ਜਿਸ ਦੇ ਵਿੱਚ ਆਪਾਂ ਆਲੂ ਦੇ ਵਿੱਚ ਸਟਾਰਚ ਦਾ ਪਰਖ ਕੀਤਾ ਸੀ ਤੇ ਉਸ ਲਈ ਆਪਾਂ ਆਇਓਡੀਨ ਦੇ ਕੋਲ ਦੀ ਵਰਤੋਂ ਕੀਤੀ ਸੀ ਤੇ ਇੱਥੇ ਜਿਹੜਾ ਕੋਲ ਕਿਹੜਾ ਵਰਤਿਆ ਗਿਆ ਹੈ ਆਇਓਡੀਨ ਦਾ ਕੋਲ ਤੇ ਆਪਣਾ ਦੂਸਰਾ ਉੱਤਰ ਸਹੀ ਹੈ ਏਡ ਦਿੱਤੇ ਵਿਟਾਮਿਨ ਵਿੱਚੋਂ ਕਿਹੜੇ ਵਿਟਾਮਿਨ ਅਤੇ ਉਹਨਾਂ ਦੀ ਕਮੀ ਦੀ ਬਿਮਾਰੀ ਨੂੰ ਸਹੀ ਢੰਗ ਨਾਲ ਜੋੜਿਆ ਨਹੀਂ ਗਿਆ ਦੇਖੋ ਬੇਟੇ ਇੱਥੇ ਆਪਣੇ ਕੋਲ ਉਹਨਾਂ ਮਿਲਾਨ ਬਣਾ ਕੇ ਦਿੱਤੇ ਨੇ ਜਿਵੇਂ ਕਿ ਵਿਟਾਮਿਨ A ਨਾਲ ਅੰਧਰਾਤਾ ਹੁੰਦਾ ਹੈ ਇਹ ਸਹੀ ਹੈ ਵਿਟਾਮਿਨ B ਨਾਲ ਐਨੀਮੀਆ ਇਹ ਗਲਤ ਹੈ ਆਪਾਂ ਗਲਤੀ ਲੱਭਣਾ ਤੇ ਆਪਣਾ ਦੂਸਰਾ ਉੱਤਰ ਆ ਜਾਏਗਾ ਆਪਾਂ ਬਾਕੀ ਵੀ ਦੇਖ ਲੈਣੇ ਆ ਜਿਵੇਂ ਕਿ ਵਿਟਾਮਿਨ ਸੀ ਨਾਲ ਸ਼ੱਕਰ ਵੀ ਆਪਾਂ ਪਹਿਲੇ ਪ੍ਰਸ਼ਨ 'ਚ ਵੀ ਪੜ ਕੇ ਆਏ ਆ ਵਿਟਾਮਿਨ ਡੀ ਨਾਲ ਰਿਕਟਸ ਤੇ ਆਪਾਂ ਇਹਦੇ 'ਚ ਗਲਤ ਲੱਭਣਾ ਸੀ ਤੇ ਜਿਹੜਾ ਗਲਤ ਸੀ ਉਹ ਕਿਹੜਾ ਸੀ ਵਿਟਾਮਿਨ ਬੀ ਨਾਲ ਐਨੀਮੀਆ ਵਿਟਾਮਿਨ ਬੀ ਨਾਲ ਐਨੀਮੀਆ ਨਹੀਂ ਹੁੰਦਾ ਸੱਤਵਾਂ ਪ੍ਰਸ਼ਨ ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੈ ਤੇ ਹੱਡੀਆਂ ਤੇ ਦੰਦਾਂ ਲਈ ਆਪਾਂ ਨੂੰ ਵਿਟਾਮਿਨ ਡੀ ਦੀ ਲੋੜ ਹੁੰਦੀ ਹੈ ਤੇ ਜਿਹੜਾ ਤੀਸਰਾ ਆਪਣੇ ਕੋਲ ਆਨਸਰ ਆ ਜਾਏਗਾ ਵਿਟਾਮਿਨ ਡੀ ਅੱਗੇ ਆ ਗਿਆ ਆਪਣੇ ਕੋਲ 8ਵਾਂ ਪ੍ਰਸ਼ਨ ਭੋਜਨ ਵਿੱਚ ਪ੍ਰੋਟੀਨ ਦਾ ਮੁੱਖ ਕੰਮ ਕੀ ਹੈ ਜਿਹੜਾ ਪ੍ਰੋਟੀਨ ਹੈ ਇਹ ਆਪਣੇ ਸਰੀਰ ਦੇ ਨਿਰਮਾਣ ਲਈ ਵਰਤੇ ਜਾਂਦਾ ਹੈ ਤੇ ਆਪਣੇ ਕੋਲ ਦੂਸਰਾ ਜਿਹੜਾ ਆਪਸ਼ਨ ਹੈ ਇਹ ਸਹੀ ਉੱਤਰ ਆ ਜਾਏਗਾ ਨਿਰਮਾਣ ਅਤੇ ਮੁਰੰਮਤ ਨੋਵਾਂ ਪ੍ਰਸ਼ਨ ਸੇਤਮੰਦ ਲਾਲ ਰਕਤਾਂ ਨੂੰ ਲਈ ਕਿਹੜਾ ਖਣਿਜ ਮਹੱਤਵਪੂਰਨ ਹੈ ਜਿਹੜੇ ਲਾਲ ਰਕਤਾਂ ਹੁੰਦੇ ਨੇ ਇਹਨਾਂ ਲਈ ਆਇਰਨ ਖਣਿਜ ਮਹੱਤਵਪੂਰਨ ਹੁੰਦਾ ਹੈ ਤੇ ਆਪਣੇ ਕੋਲ ਪਹਿਲਾ ਸਹੀ ਉੱਤਰ ਆ ਜਾਏਗਾ ਅੱਗੇ ਆ ਗਿਆ ਆਪਣੇ ਕੋਲ 10ਵਾਂ ਪ੍ਰਸ਼ਨ ਡੈਸ਼ ਦੀ ਘਾਟ ਕਰਨ ਮੈਰਾਸਮਸ ਤ੍ਰੁੱਟੀ ਰੋਗ ਹੁੰਦਾ ਹੈ ਜਿਹੜਾ ਮੈਰਾਸਮਸ ਤ੍ਰੁੱਟੀ ਰੋਗ ਹੈ ਇਹ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੋਨਾਂ ਕਰਕੇ ਹੁੰਦਾ ਹੈ ਇਸ ਕਰਕੇ ਆਪਣਾ ਜਿਹੜਾ ਉੱਤਰ ਆ ਜਾਏਗਾ ਉਹ ਤੀਸਰਾ ਇੱਕ ਅਤੇ ਦੋ ਦੋਵੇਂ 11ਵਾਂ ਪ੍ਰਸ਼ਨ ਕਾਸਟਿਕ ਸੋਡੇ ਲਈ ਰਸਾਇਣਿਕ ਫਾਰਮੂਲਾ ਕੀ ਹੈ ਜਿਹੜਾ ਕਾਸਟਿਕ ਸੋਡਾ ਹੁੰਦਾ ਹੈ ਉਹਦਾ ਫਾਰਮੂਲਾ ਹੁੰਦਾ ਹੈ NaOH ਜਿੰਦਾ ਨਾਮ ਹੁੰਦਾ ਹੈ ਸੋਡੀਅਮ ਹਾਈਡਰੋਕਸਾਈਡ 12ਵਾਂ ਪ੍ਰਸ਼ਨ ਕਾਸਟਿਕ ਸੋਡੇ ਦਾਾਰ ਸੈਨਿਕ ਨਾਮ ਕੀ ਹੈ ਦੇਖੋ ਉਹੀ ਪ੍ਰਸ਼ਨ ਦੁਬਾਰਾ ਹੀ ਆ ਗਿਆ ਉਹਨਾਂ ਰਸਾਇਣਿਕ ਨਾਮ ਪੁੱਛ ਲਿਆ ਤੇ ਹੁਣੇ ਦੱਸਿਆ ਤੁਹਾਨੂੰ ਜਿਹੜਾ ਕਾਸਟਿਕ ਸੋਡਾ ਹੈ ਇਹਦਾ ਰਸਾਇਣਿਕ ਨਾਮ ਹੁੰਦਾ ਹੈ ਸੋਡੀਅਮ ਹਾਈਡਰੋਆਕਸਾਈਡ ਤਾਂ ਆਪਣਾ ਸਹੀ ਉੱਤਰ ਆ ਜਾਏਗਾ ਤੀਸਰਾ 13ਵਾਂ ਪ੍ਰਸ਼ਨ ਦਾਲਾਂ ਵਿੱਚ ਭੋਜਨ ਦਾ ਕਿਹੜਾ ਤੱਤ ਮੌਜੂਦ ਹੁੰਦਾ ਹੈ ਜਿਹੜੀਆਂ ਦਾਲਾਂ ਹੁੰਦੀਆਂ ਨੇ ਇਹਨਾਂ ਵਿੱਚ ਪ੍ਰੋਟੀਨ ਹੁੰਦਾ ਹੈ ਤੇ ਆਪਣਾ ਸਹੀ ਉੱਤਰ ਆ ਜਾਏਗਾ ਪਹਿਲਾ 14ਵਾਂ ਪ੍ਰਸ਼ਨ ਡੈਸ਼ ਨੂੰ ਸਰੀਰ ਰਚਨਾਤਮਕ ਭੋਜਨ ਕਿਹਾ ਜਾਂਦਾ ਹੈ ਦੇਖੋ ਬੇਟੇ ਜਿਹੜੇ ਪ੍ਰੋਟੀਨ ਹੁੰਦੇ ਨੇ ਇਹ ਸਰੀਰ ਦੇ ਨਿਰਮਾਣ ਅਤੇ ਮੁਰੰਮਤ ਵਾਲੇ ਭੋਜਨ ਹੁੰਦੇ ਨੇ ਤੇ ਇਸ ਕਰਕੇ ਇਸ ਨੂੰ ਸਰੀਰ ਰਚਨਾਤਮਕ ਭੋਜਨ ਕਿਹਾ ਜਾਂਦਾ ਹੈ 15ਵਾਂ ਪ੍ਰਸ਼ਨ ਥਾਇਰੋਇਡ ਗ੍ਰੰਥੀ ਦੇ ਸਹੀ ਕੰਮ ਕਰਨ ਲਈ ਕਿਹੜੇ ਖनिज ਦੀ ਲੋੜ ਹੁੰਦੀ ਹੈ ਜਿਹੜੀ ਥਾਇਰੋਇਡ ਗ੍ਰੰਥੀ ਹੁੰਦੀ ਹੈ ਇਹਨੂੰ ਸਹੀ ਕੰਮ ਕਰਨ ਲਈ ਸਾਨੂੰ ਆਇਓਡੀਨ ਦੀ ਲੋੜ ਹੁੰਦੀ ਹੈ ਇਹ ਸੀ ਬੇਟੇ ਆਪਣੇ 15 ਐਮਸੀਕਿਊ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇ ਹੋਣਗੇ